ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਘਟਨਾ ਕੱਲ ਰਾਤ ਦੀ ਹੈ, ਸਾਨੂੰ 10:30 ਵਜੇ ਸਾਨੂੰ ਫੋਨ ਆਇਆ ਮੁੰਡੇ ਦੇ ਵੱਡੇ ਭਰਾ ਵੱਲੋਂ। ਉਹਨੇ ਦੱਸਿਆ ਵੀ ਤੁਹਾਡੀ ਜਿਹੜੀ ਭੈਣ ਹੈ ਉਹਦੀ ਡੈਥ ਹੋ ਚੁੱਕੀ ਹੈ, ਅਤੇ ਉਹਨੂੰ ਜਦੋਂ ਸਾਰੀ ਕਾਰਨ ਪੁੱਛਿਆ, ਕਿਉਂਕਿ ਮੇਰੀ ਸਿਸਟਰ ਕੱਲ੍ਹ ਸਾਨੂੰ ਨਿਊ ਈਅਰ ਦੀ ਵਿਸ਼ ਕੀਤੀ, ਉਹਨੇ ਸਵੇਰੇ ਮੇਰੇ ਨਾਲ ਗੱਲ ਕੀਤੀ, ਉਸ ਤੋਂ ਬਾਅਦ ਮੇਰੇ ਮਦਰ ਨਾਲ ਵੀ ਗੱਲ ਕੀਤੀ ਹੈ। ਇਹਦੇ ਵਿਆਹ ਨੂੰ ਤਕਰੀਬਨ 7 ਸਾਲ ਹੋ ਚੁੱਕੇ ਹੈ, ਬਟ ਜਿਹੜਾ ਇੰਸਟੈਂਟ ਇਹ ਕੀਤਾ ਵਾ ਇਹਨਾਂ ਨੇ ਲੋਕਾਂ ਨੇ ਰਲ ਕੇ ਜਾਂ ਤਾਂ ਹਸਬੈਂਡ ਵੱਲੋਂ ਕੀਤਾ ਗਿਆ ਵਾ, ਉਹ ਸਾਨੂੰ ਜਦੋਂ ਉੱਥੇ ਪਹੁੰਚੇ ਹਾਂ ਤਾਂ ਉਹਨਾਂ ਨੇ ਇਹ ਨਹੀਂ ਸਾਨੂੰ ਦੱਸਿਆ ਸੀਗਾ ਵੀ ਲੜਕੀ ਨੂੰ ਅਸੀਂ ਮਾਰਿਆ ਜਾਂ ਉਹਨੂੰ ਮਰਨ 'ਤੇ ਮਜਬੂਰ ਕੀਤਾ ਗਿਆ। ਘਟਨਾ ਕੱਲ੍ਹ ਰਾਤ ਦੀ ਹੈ, ਸਾਨੂੰ 10:30 ਵਜੇ ਸਾਨੂੰ ਫੋਨ ਆਇਆ ਮੁੰਡੇ ਦੇ ਵੱਡੇ ਭਰਾ ਵੱਲੋਂ। ਉਹਨੇ ਦੱਸਿਆ ਵੀ ਤੁਹਾਡੀ ਜਿਹੜੀ ਭੈਣ ਹੈ ਉਹਦੀ ਡੈਥ ਹੋ ਚੁੱਕੀ ਹੈ, ਅਤੇ ਉਹਨੂੰ ਜਦੋਂ ਸਾਰੀ ਕਾਰਨ ਪੁੱਛਿਆ, ਕਿਉਂਕਿ ਮੇਰੀ ਸਿਸਟਰ ਕੱਲ੍ਹ ਸਾਨੂੰ ਨਿਊ ਈਅਰ ਦੀ ਵਿਸ਼ ਕੀਤੀ, ਉਹਨੇ ਸਵੇਰੇ ਮੇਰੇ ਨਾਲ ਗੱਲ ਕੀਤੀ, ਉਸ ਤੋਂ ਬਾਅਦ ਮੇਰੇ ਮਦਰ ਨਾਲ ਵੀ ਗੱਲ ਕੀਤੀ ਹੈ। ਇਹਦੇ ਵਿਆਹ ਨੂੰ ਤਕਰੀਬਨ 7 ਸਾਲ ਹੋ ਚੁੱਕੇ ਹੈ, ਬਟ ਜਿਹੜਾ ਇੰਸਟੈਂਟ ਇਹ ਕੀਤਾ ਵਾ ਇਹਨਾਂ ਨੇ ਲੋਕਾਂ ਨੇ ਰਲ ਕੇ ਜਾਂ ਤਾਂ ਹਸਬੈਂਡ ਵੱਲੋਂ ਕੀਤਾ ਗਿਆ ਵਾ, ਉਹ ਸਾਨੂੰ ਜਦੋਂ ਉੱਥੇ ਪਹੁੰਚੇ ਹਾਂ ਤਾਂ ਉਹਨਾਂ ਨੇ ਇਹ ਨਹੀਂ ਸਾਨੂੰ ਦੱਸਿਆ ਸੀਗਾ ਵੀ ਲੜਕੀ ਨੂੰ ਅਸੀਂ ਮਾਰਿਆ ਜਾਂ ਉਹਨੂੰ ਮਰਨ 'ਤੇ ਮਜਬੂਰ ਕੀਤਾ ਗਿਆ। ਅਤੇ ਜਦੋਂ ਆ ਕੇ ਅਸੀਂ ਉਹਦਾ ਗਲਾ ਦੇਖਿਆ, ਉਹਦੇ ਵਿੱਚ ਗਲੇ ਦੇ ਉੱਪਰ ਬਹੁਤ ਵੱਡਾ ਨਿਸ਼ਾਨ ਸੀਗਾ ਚੋਟ ਦਾ। ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਵੀ ਇਹ ਸਾਨੂੰ ਲੱਗਦਾ ਵੀ ਇਹਨਾਂ ਵੱਲੋਂ ਮਰਡਰ ਕੀਤਾ ਗਿਆ। ਅਤੇ ਉਸੇ ਸਮੇਂ ਜਿਹੜੇ SHO ਸਾਹਿਬ ਮੌਕੇ 'ਤੇ ਪਹੁੰਚੇ ਸੀਗੇ ਅਤੇ ਉਹ ਜਿਹੜੇ ਦੋਸ਼ੀ ਅਤੇ ਉਹਦੇ ਭਰਾ ਨੂੰ ਜਿਹੜਾ ਮੌਕੇ 'ਤੇ ਇਹਨਾਂ ਨੇ ਅਰੈਸਟ ਕਰ ਲਿਆ ਸੀਗਾ। ਸਰ ਤੁਸੀਂ ਕੀ ਮੰਨਦੇ ਹੋ ਕਿ ਵੀ ਜਿਹੜੀ ਇਹ ਫਾਇਲ ਹੈ ਤਾਂ ਗਿਆ ਕਿ ਉਦੋਂ ਮਰਡਰ ਕੀਤਾ ਗਿਆ? ਜਿਹੜਾ ਉਹਦੇ ਗਲੇ ਦੇ ਨਿਸ਼ਾਨ ਨਾਲ ਲੱਗਦਾ, ਕਿਉਂਕਿ ਅਸੀਂ ਜਦੋਂ ਪਹੁੰਚੇ ਹਾਂ ਗਲੇ ਦਾ ਨਿਸ਼ਾਨ ਦੇਖਿਆ ਤਾਂ ਉਹਦੇ ਨਾਲ ਸਾਨੂੰ ਲੱਗਦਾ ਇਹਦੇ ਹਸਬੈਂਡ ਵੱਲੋਂ ਜਾਂ ਉਹਨਾਂ ਦੇ ਪਰਿਵਾਰਕ ਕਿਸੇ ਮੈਂਬਰ ਦੇ ਨਾਲ ਇਨਵੋਲਵ ਹੋਣ ਕਰਕੇ ਇਹ ਉਹਦਾ ਮਰਡਰ ਕੀਤਾ ਗਿਆ ਬੇਟੀ ਦਾ। ਤੁਹਾਡੀ ਬੇਟੀ ਦੀ ਸ਼ਾਦੀ ਕਦੋਂ ਹੋਈ ਸੀ, ਕਿਸ ਦੇ ਨਾਲ ਹੋਈ ਸੀ, ਕਿਸ ਜਗ੍ਹਾ ਹੋਈ ਸੀ? ਸਾਡੀ ਮੇਰੀ ਸਿਸਟਰ ਗੀਤਾ ਦੀ ਮੈਰਿਜ ਜਿਹੜੀ ਹੈ 2012 ਜੂਨ ਦੇ ਮਹੀਨੇ 'ਚ ਹੋਈ ਸੀਗੀ। ਨਰਿੰਦਰ ਕੁਮਾਰ ਉਰਫ ਨਿੰਦੀ ਜਿਹੜਾ ਕਿ ਸ਼ਾਂਤੀ ਨਗਰ ਨਿਵਾਸੀ ਹੈਗਾ ਉਹਦੇ ਨਾਲ ਹੋਈ ਸੀਗੀ। ਉਹ ਕੰਮ ਕੀ ਕਰਦਾ ਸੀ ਲੜਕਾ? ਕੰਮ ਪ੍ਰਾਈਵੇਟ ਹੀ, ਕੰਮ ਆਪਣਾ ਪ੍ਰਾਈਵੇਟ ਜੋਬ ਕਰਦਾ ਸੀਗਾ, ਬਟ ਉਹ ਐਕਚੁਅਲੀ ਸਿਸਟਰ ਨੇ ਕਦੇ ਸਾਡੇ ਨਾਲ ਜ਼ਿਕਰ ਹੀ ਨਹੀਂ ਕੀਤਾ, ਮਗਰ ਹੁਣ ਮੁਹੱਲੇ ਵਾਲੇ ਨੇ ਜਾਂ ਉਹਦੇ ਨਾਲ ਦਿਆਂ ਲੋਕਾਂ ਨੇ ਦੱਸਿਆ ਵੀ ਇਹ ਬੜਾ ਨਸ਼ੇ ਦਾ ਆਦੀ ਸੀਗਾ ਔਰ ਲੜਕੀ ਨਾਲ ਬਹੁਤ ਮਾਰਕੁੱਟ ਕਰਦਾ ਸੀਗਾ। ਪਹਿਲਾਂ ਵੀ ਕਈ ਵਾਰੀ ਹੋਇਆ ਬਟ ਸਾਡੇ ਤੱਕ ਗੱਲ ਨਹੀਂ ਪਹੁੰਚੀ, ਮਗਰ ਇੱਕ ਦੋ ਵਾਰੀ ਜਦੋਂ ਇਹਨੂੰ ਆ ਕੇ ਮੇਰੇ ਵੱਡੇ ਬ੍ਰਦਰ ਨੂੰ ਉਹਨਾਂ ਨੇ ਦੱਸਿਆ ਸਿਸਟਰ ਨੇ ਵੀ ਇਹਨਾਂ ਨੂੰ ਆ ਕੇ ਥੋੜ੍ਹਾ ਸਮਝਾਇਆ, ਤਾਂ ਉਹਨੂੰ ਸਮਝਾਇਆ ਗਿਆ ਉਹਦੇ ਬਾਵਜੂਦ ਵੀ ਉਹਨੇ ਭੈਣ ਨੂੰ ਜ਼ਿਆਦਾ ਟੌਰਚਰ ਕਰਨਾ ਸ਼ੁਰੂ ਕਰਤਾ ਔਰ ਕਈ ਵਾਰੀ ਪੈਸਿਆਂ ਕਰਕੇ ਉਹਨਾਂ ਦੇ ਆਪਸ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਹੁੰਦਾ ਸੀਗਾ। ਅਤੇ ਮੈਨੂੰ ਲੱਗਦਾ ਇਹ ਕਾਰਨ ਕੁਛ ਇਸ ਤਰ੍ਹਾਂ ਦਾ ਵੀ ਹੋ ਸਕਦਾ। ਬਾਕੀ ਇਨਵੈਸਟੀਗੇਸ਼ਨ ਤੋਂ ਬਾਅਦ ਮੇਰੀ ਸਿਸਟਰ ਦਾ ਇੱਕ ਬੇਟਾ ਹੈ ਜਿਹੜਾ 6 ਸਾਲ ਦਾ ਹੈ, ਅਤੇ ਮੈਂ ਮੰਗ ਕਰਦਾ ਬਸ ਪ੍ਰਸ਼ਾਸਨ ਵੱਲੋਂ ਕਿ ਇਹੋ ਜਿਹੇ ਜਿਹੜੇ ਦੋਸ਼ੀ ਹੈ, ਜਿਹੜੇ ਅਪਰਾਧੀ ਲੋਕ ਹੈ, ਜਿਹੜੇ ਆਪਣੇ ਪਰਿਵਾਰ ਨੂੰ ਰੋਲ ਸਕਦੇ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਸਜ਼ਾ ਦਿੱਤੀ ਜਾਵੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਜੇ ਚੌਹਾਨ ਹੈ। ਸਾਨੂੰ ਲੜਕੀ ਦੇ ਭਰਾ ਚੌਹਾਨ ਨੇ ਜੋ ਲੁਧਿਆਣੇ ਦੇ ਰਹਿਣ ਵਾਲੇ ਆ, ਉਹਨਾਂ ਨੇ ਸਾਨੂੰ ਆਪਣੇ ਬਿਆਨ ਲਿਖਾਏ ਆ ਜਿਸ ਮੁਤਾਬਕ ਲੜਕੀ ਨੂੰ ਗਲਾ ਘੁੱਟ ਕੇ ਮਾਰਨਾ ਦੱਸਿਆ ਗਿਆ। ਫਿਰ ਵੀ ਅਸੀਂ ਜਿਹੜਾ ਮੁਕੱਦਮਾ ਅਧੀਨ ਧਾਰਾ 302-306 ਦੇ ਤਹਿਤ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਵਾ ਰਹੇ ਹਾਂ। ਬਾਕੀ ਜੋ ਅਸਲੀਅਤ ਸਾਹਮਣੇ ਆਊਗੀ ਉਹਦੇ ਮੁਤਾਬਕ ਉਹਦੇ ਖਿਲਾਫ਼ ਕਾਰਵਾਈ ਕੀਤੀ। ਬਿਲਕੁਲ, ਅਸੀਂ ਮੌਕਾ ਚੈੱਕ ਕੀਤਾ, ਲੜਕੀ ਦੇ ਗਰਦਨ 'ਤੇ ਗਲਾ ਦਬਾਉਣ ਦੇ ਨਿਸ਼ਾਨ ਹੈ। ਇਹਦੇ ਵਿੱਚ ਅਸੀਂ ਜਿਹੜਾ ਲੜਕੀ ਦਾ ਹਸਬੈਂਡ ਆ ਉਹਦੇ ਖਿਲਾਫ਼ ਪਰਚਾ ਦਰਜ ਕੀਤਾ, ਜਲਦੀ ਹੀ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਖਿਲਾਫ਼ ਕਾਰਵਾਈ ਕੀਤੀ। ਨਹੀਂ ਜੀ, ਹਾਲੇ ਕਰਾਂਗੇ ਬਾਅਦ 'ਚ, ਮੁਕੱਦਮਾ ਦਰਜ ਹੋ ਗਿਆ, ਬਾਅਦ 'ਚ ਕਰਾਂਗੇ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੁੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ, 81 400 66 77 009।